ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਵਰਗੇ ਮੁਲਕਾਂ ਤੋਂ ਆਏ ਗੈਰ ਮੁਸਲਮਾਨਾਂ ਦੇ ਲਈ ਕੇਂਦਰ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਹੈ ਸੀਏਏ ਨੂੰ ਲਾਗੂ ਕਰਕੇ ਹੁਣ ਇਹਨਾਂ ਸਾਰੇ ਲੋਕਾਂ ਦੇ ਲਈ ਇੱਕ ਨਾਗਰਿਕਤਾ ਪਾਉਣ ਦਾ ਰਸਤਾ ਖੁੱਲ੍ਹਿਆ ਤਾਂ ਇਸ ਵੇਲੇ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਆ ਜਿਹੜੇ ਕਿ ਪਾਕਿਸਤਾਨ ਔਰ ਅਫਗਾਨਿਸਤਾਨ ਤੋਂ ਬਹੁਤ ਸਾਲ ਪਹਿਲਾਂ ਇੱਥੇ ਆਏ ਸੀ ਪਰ ਹਾਲੇ ਵੀ ਨਾਗਰਿਕਤਾ ਜਿਹੜੀ ਹੈ ਉਹ ਉਹਨਾਂ ਨੂੰ ਨਹੀਂ ਸੀ ਮਿਲੀ ਜਿਸ ਕਰਕੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਜਿਹੜੇ ਆਗੂ ਨੇ ਉਹ ਇਹਨਾਂ ਪਰਿਵਾਰਾਂ ਦੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਪਹੁੰਚੇ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਤੁਸੀਂ ਭਾਈ ਸਾਹਿਬ ਅਫਗਾਨਿਸਤਾਨ ਤੋਂ ਕਦੋਂ ਪਰਿਵਾਰ ਸਵੇਤ ਆਏ ਸੀ ਔਰ ਕਿਉਂ ਤੁਹਾਨੂੰ ਇੱਥੇ ਆਉਣਾ ਪਿਆ ਔਰ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਸੀਏ ਇਹ ਲਾਗੂ ਹੋ ਰਹੀ ਹੈ ਉਹ ਤੁਹਾਡੇ ਲਈ ਕਿੰਨੀ ਕ ਵੱਡੀ ਰਾਹਤ ਸਭ ਤੋਂ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਮੋਦੀ ਸਰਕਾਰ ਜੀ ਦਾ ਬੀਜੇਪੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਵਾਸਤੇ ਇਹ ਰੂਲ ਲਾਗੂ ਕੀਤਾ ਸਾਡੇ ਵਾਸਤੇ ਇੱਕ ਨਵਾਂ ਜਨਮ ਹੋ ਗਿਆ ਅਸੀਂ ਅੱਜ ਪਿਛਲੇ 30 ਸਾਲਾਂ ਤੋਂ ਜੂਝ ਰਹੇ ਹਾਂ ਵੀਜ਼ਾ ਵੀ ਲੈ ਰਹੇ ਹਾਂ ਸਿਟੀ ਭਾਰਤ ਸਰਕਾਰ ਤੋਂ ਖੁਸ਼ ਹਾਂ ਸਾਨੂੰ ਬਹੁਤ ਵਧੀਆ ਰੱਖਿਆ ਲੇਕਿਨ ਅਸੀਂ ਜਿਹੜੀ ਚੀਜ਼ ਦੀ ਮੰਗ ਰੱਖੀ ਸੀ ਪਿਛਲੇ 30 ਸਾਲਾਂ ਤੋਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੀਆਂ ਗਈਆਂ ਪਰ ਸਾਡੀ ਸੁਣੀ ਨਹੀਂ ਗਈ ਪਰ ਜਦੋਂ ਇਹ ਮੋਦੀ ਸਰਕਾਰ ਆਈ ਨੇ ਇਹਨਾਂ ਨੇ ਸਾਡੇ ਵਾਸਤੇ ਇੱਕ ਰਿਸ਼ਮਾ ਜਿਹਾ ਕਰਤਾ ਵਾ ਸਾਨੂੰ ਹੁਣ ਇੱਕ ਖੁਸ਼ੀ ਪ੍ਰਾਪਤੀ ਸਾਨੂੰ ਹੁਣ ਜੀਵਨ ਸਾਨੂੰ ਆਪਣੀ ਇੱਕ ਜਿਹੜੀ ਪਛਾਣ ਸਾਨੂੰ ਨਜ਼ਰ ਆਂਦੀ ਆ ਰਹੀ ਹੈ ਕਿ ਸਾਨੂੰ ਆਪਣੀ ਪਛਾਣ ਮਿਲੇਗਾ ਇੱਕ ਵੱਡਾ ਸਵਾਲ ਹੈ ਕਿ ਕੋਈ ਵੀ ਸ਼ਖਸ ਜਿੱਥੇ ਪੈਦਾ ਹੋਇਆ ਹੋਵੇ ਉਸ ਮੁਲਕ ਨੂੰ ਨਹੀਂ ਛੱਡਦਾ ਪਰ ਕੀ ਐਸੀਆਂ ਮਜਬੂਰੀਆਂ ਰਹੀਆਂ ਕਿ ਤੁਹਾਨੂੰ ਭਾਰਤ ਆਉਣਾ ਪਿਆ ਦੇਖੋ ਜੀ ਅਸੀਂ ਜਦੋਂ ਆਏ ਸਾਾਨੂੰ ਅੱਜ 30 ਸਾਲ ਹੋ ਗਏ ਅਫਗਾਨਿਸਤਾਨ ਤੋਂ ਆਏ ਨੂੰ ਉਦੋਂ ਸਮਾਂ ਕੋਈ ਸਿਸਤਰਾ ਸੀ ਕਿ ਜਦੋਂ ਅਪਚ ਅਫਗਾਨਿਸਤਾਨ ਦਾ ਤੇ ਰਸ਼ੀਆ ਦਾ ਹਮਲਾ ਹੋਇਆ ਸੀ ਬੜਾ ਵਧੀਆ ਯੁੱਧ ਹੋਇਆ ਸੀ ਤੇ ਉਹਦੇ ਵਿੱਚਕਾਰ ਸਾਡੇ ਹਿੰਦੂ ਸਿੱਖ ਭਾਈਚਾਰ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਇਹ ਤੁਹਾਡਾ ਵਤਨ ਨਹੀਂ ਹੈਗਾ ਤੁਸੀਂ ਆਪਣੇ ਮੁਲਕ ਜਾਓ ਅਸੀਂ ਆਪਣੀ ਜਾਨਾਂ ਬਚਾਈਏ ਕਿ ਤੁਹਾਡੀਆਂ ਬਚਾਈਏ ਤੇ ਤੁਸੀਂ ਆਪਣੇ ਮੁਲਕ ਜਾਓ ਤੇ ਉਦੋਂ ਸਾਨੂੰ ਭਾਰ ਸਰਕਾਰ ਨੇ ਉੱਥੋਂ ਕੱਢਿਆ ਸਾਡੇ ਹਿੰਦੂ ਭਾਈਆਂ ਨੂੰ ਤੇ ਸਰਦਾਰ ਭਾਈਆਂ ਨੂੰ ਉੱਥੋਂ ਕੱਢਿਆ ਆਪਣੇ ਭਾਰਤ ਮੁਲਕ ਲਿਆਂਦਾ ਸਹੀ ਸਹੀ ਸਾਈਂ ਸਲਾਮਤ ਲਿਆਂਦਾ ਪਰ ਕਿਤੇ ਨਾ ਕਿਤੇ ਨਾਗਰਿਕਤਾ ਨਾ ਹੋਣ ਕਰਕੇ ਬੇਗਾਨਗੀ ਦਾ ਅਹਿਸਾਸ ਹੁੰਦਾ ਬਿਲਕੁਲ ਜੀ ਬਿਲਕੁਲ ਦੇਖੋ ਜੀ ਅਸੀਂ ਕਹਿ ਰਹੇ 30 ਸਾਲ ਲਗਾਤਾਰ ਅਸੀਂ ਵੀਜ਼ਾ ਲੈਂਦੇ ਆਏ ਆ ਸਾਨੂੰ ਦਿੱਕਤਾਂ ਦਾ ਸਾਹਮਣਾ ਆਉਂਦਾ ਰਿਹਾ ਬਿਲਕੁਲ ਕਾਰੋਬਾਰ ਕਰੀਏ ਕਿ ਬੱਚਿਆਂ ਨੂੰ ਪਾਲੀਏ ਕਿ ਆਪਣਾ ਇਹ ਕਰੀਏ ਅਸੀਂ ਉਹਨਾਂ ਨੇ ਹੀ ਇੱਕ ਮੰਗ ਰੱਖੀ ਸੀ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਪੱਥਰ ਦੀ ਨਾਗਰਿਕਤਾ ਦਿੱਤੀ ਜਾਵੇ ਸਾਨੂੰ ਇੱਥੇ ਦੀ ਪਛਾਣ ਦਿੱਤੀ ਜਾਵੇ ਉਹਦੇ ਲਈ ਰਸਤਾ ਖੁੱਲ ਗਿਆ ਕਿੰਨੀ ਕਬੂਲ ਜੀ ਬਿਲਕੁਲ ਅਸੀਂ ਸਾਰੀ ਸਰਕਾਰ ਅੱਗੇ ਮੰਗ ਰੱਖੀ ਸੀ ਅਸੀਂ ਪਿਛਲੇ 10 ਸਾਲਾਂ ਤੋਂ ਅਪਲਾਈ ਕੀਤਾ ਸੀ ਪਰ ਸਾਨੂੰ ਕੁਝ ਵੀ ਜਦੋਂ ਦਾ ਰੂਲ ਲਾਗੂ ਹੋਇਆ ਹੁਣ ਕੱਲ ਤੋਂ ਹੋਰ ਲਾਗੂ ਕਰਤਾ ਮੋਦੀ ਸਰਕਾਰ ਨੇ ਸਾਡੇ ਦਿਲ ਦੇ ਵਿੱਚ ਖੁਸ਼ੀਆਂ ਦਾ ਪ੍ਰਗਟਨ ਹੀ ਕਰ ਸਕਦੇ ਅਸੀਂ ਇਹੋ ਜਿਹਾ ਮੌਕਾ ਕਦੀ ਨਹੀਂ ਵੇਖਿਆ ਸੀ ਆਪਣੀ ਜ਼ਿੰਦਗੀ ਵਿੱਚ ਕੱਲ ਹੋਰ ਵੀ ਪਰਿਵਾਰ ਨੇ ਔਰ ਨਾਲ ਦੀ ਨਾਲ ਅਸੀਂ ਭਾਜੀਪੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਤੁਸੀਂ ਇੱਥੇ ਖੁਸ਼ੀ ਸਾਂਝੀ ਕਰਨ ਦੇ ਲਈ ਪਹੁੰਚੇ ਹੋ ਤੁਹਾਡੀ ਪਾਰਟੀ ਦੀ ਇਸ ਵळे ਕੇਂਦਰ ਚ ਸਰਕਾਰ ਹੈ ਤਾਂ ਕਿੰਨੀ ਕੁ ਵੱਡੀ ਇਹਨਾਂ ਲੋਕਾਂ ਦੇ ਲਈ ਰਾਹਤ ਤੁਸੀਂ ਸਮਝਦੇ ਹੋ ਔਰ ਕੀ ਤੁਸੀਂ ਇਹਨਾਂ ਦੇ ਲਈ ਕੋਸ਼ਿਸ਼ਾਂ ਹੁਣ ਤੱਕ ਕਰਦੇ ਰਹੇ ਹੋ ਦੇਖੋ ਇਹਨਾਂ ਦੀ ਸਾਲਾਂ ਦੀ ਮੰਗ ਸੀਗੀ ਇਹ ਜਿਹੜੇ ਸਾਡੇ ਭਰਾ ਜਿਹੜੇ ਵੀ ਨਾਨ ਮੁਸਲਮ ਜਿਹੜੇ ਸਾਡੇ ਅਫਗਾਨਿਸਤਾਨ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਇੱਥੇ ਸਾਡੇ ਮੁਲਕ ਵਿੱਚ ਰਹਿ ਰਹੇ ਸੀ ਇਨਾਂ ਦੇ ਜਿੱਥੇ ਤੋਂ ਆਪਣੇ ਕਾਰੋਬਾਰ ਕਰਦੇ ਸੀ ਕਾਰੋਬਾਰ ਦੇ ਵਿੱਚ ਇਹ ਬੜੇ ਸਖਸ਼ਮ ਸੀ ਬਹੁਤ ਵਧੀਆ ਕਾਰੋਬਾਰ ਵੀ ਇਹਨਾਂ ਨੇ ਕੀਤਾ ਪਰ ਇਹਨਾਂ ਦੇ ਮਨ ਦੇ ਵਿੱਚ ਇੱਕ ਪੀੜਾ ਸੀ ਉਹ ਪੀੜਾ ਇਹ ਸੀ ਕਿ ਇਹਨਾਂ ਨੂੰ ਹਰ ਸਾਲ ਇੱਕ ਵੀਜ਼ਾ ਲੈਣਾ ਪੈਂਦਾ ਸੀ ਉਹਦੇ ਵਾਸਤੇ ਖੱਜਲ ਖਵਾਰ ਹੋਣਾ ਪੈਂਦਾ ਸੀ ਔਰ ਇਹਦੇ ਵਾਸਤੇ ਇਹਨਾਂ ਨੂੰ ਇਹ ਵੀ ਲੱਗਦਾ ਸੀ ਆਪਣੇ ਮੁਲਕ ਵਿੱਚ ਰਹਿ ਕੇ ਹਿੰਦੁਸਤਾਨ 'ਚ ਰਹਿ ਕੇ ਇਹਨਾਂ ਨੂੰ ਕੁਝ ਪਰਾਇਆਪਣਨ ਵੀ ਲੱਗਦਾ ਸੀਗਾ ਉਹ ਦੇਖੋ ਸਾਡੇ ਪ੍ਰਧਾਨ ਮੰਤਰੀ ਜਸਸਵੀ ਪ੍ਰਧਾਨ ਮੰਤਰੀ ਜੀ ਦਾ ਇੱਕ ਵਿਜ਼ਨ ਹੈ कि ਜਿਹੜੇ ਸਾਡੇ ਵਿਦੇਸ਼ਾਂ ਚ ਵਸਦੇ ਵੀ ਭਾਰਤੀ ਐ ਉਹਨਾਂ ਦਾ ਵੀ ਕਦ ਉੱਚਾ ਹੋਵੇ ਜਿ ਤਰ੍ਹਾਂ ਤੁਸੀਂ ਬਾਕੀ ਮੁਲਕਾਂ ਚ ਵੇਖਿਆ ਅੱਜ ਸਾਰੇ ਜਿਹੜੇ ਸਾਡੇ ਐਨਆਰਆਈ ਭਰਾ ਨੇ ਉਹ ਅੱਜ ਬਹੁਤ ਖੁਸ਼ ਨੇ ਜੋ ਸਾਡਾ ਦੇਸ਼ ਦਾ ਕਦ ਅਸੀਂ ਵਿਸ਼ਵ ਗੁਰੂ ਬਣ ਜਾ ਰਹੇ ਹਾਂ ਸੋ ਉਸੇ ਅੰਤਰਗਤ ਇਹਨਾਂ ਦੀ ਪੀੜਾ ਨੂੰ ਸੁਣਦੇ ਹੋਏ ਤੇ ਪੀੜਾ ਸਮਝਦੇ ਹੋਏ ਕਿਉਂਕਿ ਬੜੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਇਹ ਮੋਦੀ ਜੀ ਐ ਜਿਨ੍ਹਾਂ ਨੇ ਇਹਨਾਂ ਦੀ ਪੀੜਾ ਸਮਝੀ ਤੇ ਇਹਨਾਂ ਨੂੰ ਇਹ ਜਿਹੜੀ ਨਾਗਰਿਕਤਾ ਦਿੱਤੀ ਗਈ ਐ ਔਰ ਮੈਂ ਸਮਝਦਾ ਇਹ મોદી ਜੀ ਦਾ ਅਸੀਂ ਬਹੁਤ ਸਾਰੇ ਧੰਨਵਾਦੀ ਹਾਂ ਔਰ ਅੱਜ ਇਹ ਸਾਰੇ ਪਰਿਵਾਰ ਉਹ ਸਾਨੂੰ ਇਕੱਠੇ ਹੋਏ ਤਾਂ મોદી ਜੀ ਦਾ ਧੰਨਵਾਦ ਕਰਨ ਵਾਸਤੇ ਅਸੀਂ ਸਾਰੇ ਜਣੇ ਇਕੱਠੇ ਹੋਏ ਆ ਜਿਨ੍ਹਾਂ ਨੇ ਇਸ ਪਰਿਵਾਰਾਂ ਨੂੰ ਇੱਕ ਜੀਉਣ ਦਾ ਹੱਕ ਆਪਣੇ ਮੁਲਕ ਵਿੱਚ ਆਪਣੀ ਮਿੱਟੀ ਦੇ ਵਿੱਚ ਆਪਣਾ ਪੰਦਾ ਅਹਿਸਾਸ ਕਰਾ ਬਿਲਕੁਲ ਬਿਲਕੁਲ ਜਿੱਥੇ ਵੀ ਹਿੰਦੂ ਜਾਂ ਸਿੱਖ ਧਰਮ ਦੇ ਨਾਲ ਸੰਬੰਧਤ ਲੋਕ ਕਿਸੇ ਵੀ ਮੁਲਕ ਦੇ ਵਿੱਚ ਰਹਿੰਦੇ ਹੋਣ ਤਾਂ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਆ ਕੇ ਉਹਨਾਂ ਨੂੰ ਆਪਣਾ ਪੰਨ ਮਹਿਸੂਸ ਹੁੰਦਾ ਪਰ ਨਾਗਰਿਕਤਾ ਨਾ ਹੋਣ ਕਰਕੇ ਕੀ ਕੀ ਦਿੱਕਤਾਂ ਪੇਸ਼ ਆਉਂਦੀਆਂ ਸੀ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਵਾਉਣ ਤੱਕ ਵੀ ਦਿੱਕਤ ਆਉਂਦੀ ਸੀ ਤਾਂ ਹੁਣ ਕਿੰਨੀ ਵੱਡੀ ਰਾਹਤ ਸਮਝੋ ਜੀ ਅਸੀਂ ਤੇ ਕਾਫੀ ਕੁਛਾਂ بڑے ਸਾਲਾਂ ਤੋਂ ਅਸੀਂ ਵੇਟ ਕਰਦੇ ਸੀ ਕਿ ਜਿਹੜਾ ਸੀ ਇਹ ਕਾਨੂੰਨ ਆਇਆ ਵਾ ਉਹ ਪਾਸ ਹੋਵੇ ਉਹ ਲਾਗੂ ਹੋਵੇ ਤੇ ਅਸੀਂ ਬਹੁਤ थैंकफुल ਆ ਮੋਦੀ ਸਰਕਾਰ ਦਾ ਕਿ ਚਲੋ ਜਿਹੜਾ ਕਿ ਸੀਏ ਲਾਗੂ ਹੋ ਗਿਆ ਹੈ ਤੇ ਅੱਗੋਂ ਸਾਨੂੰ ਪਰੇਸ਼ਾਨੀਆਂ ਦੀ ਹੈ ਕਿ ਅਸੀਂ ਕੁਝ ਕੰਮ ਨਹੀਂ ਕਰ ਸਕਦੇ ਆ ਅਸੀਂ ਆਊਟ ਆਫ ਸਿਟੀ ਨਹੀਂ ਜਾ ਸਕਦੇ ਸੀ ਸਾਨੂੰ ਐਦੀਆਂ ਬਹੁਤ ਜ਼ਿਆਦਾ ਪ੍ਰੋਬਲਮਾਂ ਆ ਗਈਆਂ ਸੀ ਬਾਕੀ ਹਾਂ ਸਾਨੂੰ ਸਾਡੇ ਬ੍ਰਾਂਚ ਨੇ ਸਾਡੇ ਐਫਆਰਓ ਬ੍ਰਾਂਚ ਨੇ ਸਾਡੇ ਸਿਕਿਉਰਿਟੀ ਬ੍ਰਾਂਚ ਨੇ ਸਾਡਾ ਬਹੁਤ ਸਾਥ ਦਿੱਤਾ ਹਮੇਸ਼ਾ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਡੀਲ ਕੀਤਾ ਸਾਨੂੰ ਉਹਨਾਂ ਵੱਲੋਂ ਕੋਈ ਦਿੱਕਤ ਨਹੀਂ ਸੀ ਅਸੀਂ ਕਹਿ ਸਕਦੇ ਕਿ ਹੁਣ ਭਾਰਤ ਦੇ ਵਿੱਚ ਰਹਿ ਕੇ ਤੁਹਾਡੇ ਜਿਹੜੇ ਬੱਚੇ ਆ ਇੱਕ ਵਧੀਆ ਭਵਿੱਖ ਉਹਨਾਂ ਦਾ ਬਣ ਸਕਦਾ ਹੈ ਪੜ੍ਹ ਲਿਖ ਕੇ ਬਾਕੀ ਜਿਹੜੇ ਨਾਗਰਿਕ ਆ ਉਹਨਾਂ ਦੇ ਵਾਂਗ ਜੀ ਬਿਲਕੁਲ ਜੀ ਅਸੀਂ ਅੱਜ ਕੋਲ ਬਹੁਤ ਖੁਸ਼ ਹੈਗੇ ਆ ਜੇ ਸਾਨੂੰ ਨਾਗਰਿਕਤਾ ਮਿਲੇਗੀ ਅਸੀਂ ਅੱਗੋ ਸਾਡੇ ਬੱਚੇ ਸਾਡੇ ਰਿਸ਼ਤੇ ਸਭ ਕੁਝ ਬਹੁਤ ਈਜ਼ੀ ਹੋ ਜਾਏਗਾ ਸਾਡੇ ਲਈ ਸਭ ਕੁਝ ਤਾਂ ਬਿਲਕੁਲ ਹੋਰ ਵੀ ਇੱਥੇ ਨਾਗਰਿਕ ਨੇ ਸਰ ਤੁਸੀਂ ਕਿਹੜੇ ਸਾਲ ਸਾਲ ਦੇ ਵਿੱਚ ਇੰਡੀਆ ਆਏ ਸੀ ਔਰ ਕੀ ਹਾਲਾਤ ਬਣੇ ਕਿ ਤੁਹਾਨੂੰ ਇੱਥੇ ਆਉਣਾ ਪਿਆ ਸੀ 2005 ਮੈਂ ਆਏ ਸੀ بس ਇਹ ਲੜਖਰ ਬੋਰਗਾ ਮਹਾਰਾਜ ਕਾ ਮੈਂ ਬੋਲ ਸਕਦਾ ਨਹੀਂ ਫਿਰ ਵੀ ਮੈਂ ਇਹ ਹੀ ਜਾਨਣਾ ਚਾਹਤਾ ਹਾਂ ਕਿ ਅਬ ਨਾਗਰਿਕਤਾ ਮਿਲਨੇ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਬਜ਼ੁਰਗ ਇਸ ਹੀ ਇੰਤਜ਼ਾਰ ਮੇ ਦੁਨੀਆ ਸੇ ਵੀ ਰੁਕਸਤ ਹੋ ਗਏ ਲੇਕਿਨ ਅਬ ਇਹ ਖੁਸ਼ੀ ਵਾਲੀ ਖਬਰ ਹੈ ਆਪਕੇ ਲਈ ਕਿ ਆਪਕੇ ਬੱਚੇ ਅਬ ਇੰਡੀਅਨ ਕਹਲਾਏ ਖੁਸ਼ੀ ਦੀ ਖਬਰ ਹੈ ਜੀ ਅਸੀਂ ਬੜੇ ਖੁਸ਼ ਹਾਂ ਮੋਦੀ ਨੂੰ ਪਰਮਾਤਮਾ ਹੋਰ ਬਜੀਨ ਕੀ ਦੇ ਸਾਡਾ ਕੰਮ ਵਸਨੀ ਹੈ ਤਾਂ ਬਿਲਕੁਲ ਖੁਸ਼ੀ ਜ਼ਾਹਿਰ ਕਰ ਰਿਹਾ ਤੁਸੀਂ ਵੀ ਬੀਜੇਪੀ ਦੇ ਨਾਲ ਸਬੰਧ ਰੱਖਦੇ ਹੋ ਤੁਹਾਨੂੰ ਕੀ ਲੱਗਦਾ ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਤੁਸੀਂ ਬੜੇ ਸਾਲਾਂ ਤੋਂ ਵਿਚਰਦੇ ਆ ਰਹੇ ਹੋ ਪਰ ਜਦੋਂ ਇਹ ਮੰਗ ਕਰਦੇ ਸੀ ਕਿ ਸਾਡੇ ਕੋਲ ਸਿੱਧਿਦਨ ਛਿਪਨੀ ਹੈ ਤਾਂ ਉਹ ਤੁਹਾਡੇ ਲਈ ਕਿੰਨਾ ਕਿ ਇੱਕ ਲੱਗਦਾ ਕਿ ਸਾਡੇ ਆਪਣੇ ਲੋਕ ਜਿਹੜੇ ਨੇ ਉਹ ਬੇਗਾਨਾਪਨ ਮਹਿਸੂਸ ਕਰਦੇ ਹਨ ਅਰ ਜੀ ਜਿਸ ਤਰ੍ਹਾਂ ਸਾਰੇ ਸਾਥੀਆਂ ਨੇ ਇਹਨਾਂ ਨੇ ਦੱਸਿਆ ਕਿ ਜਦੋਂ ਇਹ ਪਾਕਿਸਤਾਨ ਬੰਗਲਾਦੇਸ਼ ਜਾਂ ਆਪਣਾ ਅਫਗਾਨਿਸਤਾਨ ਚ ਸੀ ਗਿਆ ਉਥੇ ਵੀ ਇਹ ਤਸ਼ੱਦਦ ਹੀ ਚੱਲਦੇ ਰਹੇ ਉਸ ਤੋਂ ਬਾਅਦ ਹਿੰਦੁਸਤਾਨ ਚ ਆਏ ਚਲੋ ਵੀਜ਼ਾ ਐਕਸਟੈਂਡ ਕਰਵਾ ਕੇ ਇੱਕ ਸ਼ਹਿਰ ਚ ਪਾਰਟਿਕੂਲਰ ਆਜ਼ਾਦੀ ਤੇ ਨਹੀਂ ਸੀਗੀ ਕਿ ਮਤਲਬ ਜਿਸ ਸ਼ਹਿਰ ਦਾ ਵੀਜ਼ਾ ਜਿਵੇਂ ਅਮ੍ਰਿਤਸਰ ਦਾ ਤੇ ਅਮ੍ਰਿਤਸਰ ਦੇ ਵਿੱਚ ਹੀ ਕੰਮ ਕਰਨਾ ਉਹ ਸਾਰੀ ਪੀੜਾ ਨੂੰ ਭਾਜਪੀ ਗਵਰਨਮੈਂਟ ਨੇ ਮੋਦੀ ਸਾਹਿਬ ਨੇ ਸਮਝਿਆ ਔਰ 2014 ਤੋਂ ਪਹਿਲਾਂ ਦਸੰਬਰ 2014 ਤੋਂ ਪਹਿਲਾਂ ਜਿਨ੍ਹਾਂ ਕੋ ਪ੍ਰੂਫ ਨੇ ਕਿ ਉਹ ਇੰਡੀਆ ਚ ਉਦੋਂ ਦੇ ਨੇ ਉਹਨਾਂ ਸਾਰਾ ਗੈਰ ਮੁਸਲਮ ਸਾਡੇ ਭਾਈਆਂ ਨੂੰ ਅੱਜ ਉਹਨਾਂ ਨੇ ਨਾਗਰਿਕਤਾ ਜਿਹੜੀ ਆ ਉਹ ਹਿੰਦੁਸਤਾਨ ਦੀ ਦਿੱਤੀ ਆ ਮੈਂ ਕਹਿੰਨਾ ਕਿ ਇਹਨਾਂ ਦੇ ਜੀਵਨ ਦੀ ਸਹੀ ਆਜ਼ਾਦੀ ਜਿਹੜੀ ਆ ਉਹ ਮੋਦੀ ਸਾਹਿਬ ਦੇ ਕਰਕੇ ਸਫਲ ਹੋਈ ਆ ਔਰ ਉਹਨਾਂ ਨੇ ਜਿਹੜਾ ਕੱਲ ਇਹ ਕਾਨੂੰਨ ਇੰਪਲੀਮੈਂਟ ਕੀਤਾ ਉਹਦੇ ਲਈ ਮੋਦੀ ਸਾਹਿਬ ਬੀਜੇਪੀ ਗਵਰਨਮੈਂਟ ਔਰ ਖਾਸ ਤੌਰ ਤੇ ਹੋਮ ਮਿਨਿਸਟਰ ਅਮਿਸ਼ਾ ਜੀ ਦਾ ਹਾਰਦਿਕ ਧੰਨਵਾਦ ਆ ਸਾਡੇ ਸਾਰੇ ਇਸ ਤਰ੍ਹਾਂ ਹੀ ਹਜ਼ਾਰਾਂ ਸਾਥੀ ਪੂਰੇ ਹਿੰਦੁਸਤਾਨ ਚ ਨੇ ਸਾਡੇ ਸ਼ਹਿਰ ਚ ਜਿਹੜੇ ਸਾਥੀ ਸਾਡੇ ਲਿੰਕ ਚ ਸੀ ਅਸੀਂ ਉਹਨਾਂ ਦੀ ਖੁਸ਼ੀ ਵੇਖ ਕੇ ਤੁਹਾਨੂੰ ਦੱਸ ਸਕਦਾ ਹਾਂ ਉਹ ਹੀ ਸਵਾਲ ਪੁੱਛਣ ਜਾ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ஆன்ਲਾਈਨ ਪੋਰਟਲ ਤੇ ਸਭ ਕੁਝ ਤਾਂ ਜਿਸ ਤਰ੍ਹਾਂ ਬੀਜੇਪੀ ਦੇ ਆਗੂ ਜਾਂ ਬੀਜੇਪੀ ਦੇ ਵਕ ਵਕ ਜਿਹੜੇ ਪੱਧਰ ਦੇ ਜਿਹੜੇ ਆਗੂ ਨੇ ਉਹ ਹੋਰ ਸਕੀਮਾਂ ਜਿਹੜੀਆਂ ਕੇਂਦਰ ਦੀਆਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਲੋਕਾਂ ਤੱਕ ਜਾਂਦੇ ਤਾਂ ਕੀ ਤੁਸੀਂ ਇਹਨਾਂ ਨੂੰ ਨਾਗਰਿਕਤਾ ਦਿਵਾਉਣ ਦੇ ਲਈ ਵੀ ਇਹਨਾਂ ਦੀ ਜਿਹੜੀ ਮਦਦ ਹੈ ਉਹ ਕਰੋਗੇ ਨੇ ਉਹ ਬੜਾ ਟਰਾਂਸਪਰੈਂਸੀ ਵਾਲਾ ਮੋਦੀ ਸਾਹਿਬ ਨੇ ਮੋਦੀ ਸਾਹਿਬ ਨੇ ਆਪਣੇ ਭਾਸ਼ਣ ਚ ਵੀ ਕਿਹਾ ਔਰ ਉਹਨਾਂ ਨੇ ਕਿਹਾ ਕਿ ਆਨਲਾਈਨ ਪੋਰਟਲ ਹੈਗਾ ਤਾਂ ਤੁਸੀਂ ਭਾਜਪਾ ਜਾਂ ਕਾਂਗਰਸ ਜਾਂ ਆਮ ਅਸੀਂ ਹੈਲਪ ਤੇ ਕਰਾਂਗੇ ਪਾਰਟੀ ਲੈਵਲ ਤੇ ਲੇਕਿਨ ਇਹਨਾਂ ਲਈ ਬੜੀ ਵੱਡੀ ਟਰਾਂਸਪਰੈਂਸੀ ਹੈ ਕਿ ਆਨਲਾਈਨ ਪੋਰਟਲ ਤੇ ਅਪਲਾਈ ਕਰਨ ਆਪਣੇ ਪ੍ਰੂਫ ਸਬਮਿਟ ਕਰਨ ਔਰ ਉਹ ਜਿਹੜਾ ਜਿਹੜਾ ਵੀ ਨਾਗਰਿਕਤਾ ਦਾ ਆਪਣਾ ਸਿਸਟਮ ਆ ਉਹ ਸਾਰਾ ਗਵਰਨਮੈਂਟ ਆਫ ਇੰਡੀਆ ਵੱਲੋਂ ਪਾਰਦਰਸ਼ਤਾ ਨਾਲ ਹੋਗਾ ਤਾਂ ਕਿ ਇਹਦਾ ਕੋਈ ਮਿਸਯੂਜ਼ ਨਾ ਕਰ ਸਕੇ ਕੋਈ ਏਜੰਟਸ ਜਾਂ ਕੋਈ ਟਰੈਵਲ ਏਜੰਟਸ ਜਾਂ ਕੋਈ ਇਸ ਚੀਜ਼ ਦਾ ਮਿਸਯੂਜ਼ ਨਾ ਕਰ ਜਾਏ ਇਹ ਔਰਡੀ ਨੇ ਖੱਜਲ ਖਰਾਬ ਹੋ ਚੁੱਕੇ ਆ ਇਹਨਾਂ ਨੂੰ ਹੋਰ ਕੋਈ ਖੱਜਲ ਖਾਰਤਾ ਨਾ ਹੋਵੇ ਇਸ ਲਈ ਮੋਦੀ ਸਾਹਿਬ ਨੇ ਖਾਸ ਧਿਆਨ ਰੱਖਿਆ ਹੈ ਕਿ ਤੁਸੀਂ ਆਨਲਾਈਨ ਪੋਰਟਲਸ ਤੇ ਅਪਲਾਈ ਕਰੋ ਤੁਹਾਡਾ ਸਾਰਾ ਸਿਸਟਮ ਨਾਲ ਆਪਣੇ ਆਪ ਫਾਲੋਅ ਅਪ ਗਵਰਨਮੈਂਟ ਰੱਖੂਗੀ ਬਿਲਕੁਲ ਇਹ ਉਹ ਪਰਿਵਾਰ ਨੇ ਜਿਹੜੇ ਕਿ ਅਫਗਾਨਿਸਤਾਨ ਜਾਂ ਪਾਕਿਸਤਾਨ ਦੇ ਵਿੱਚ ਜਿਹੜੇ ਉਸ ਵੇਲੇ ਦੇ ਹਾਲਾਤ ਸੀ ਉਹਨਾਂ ਨੂੰ ਦੇਖਦਿਆਂ ਹੋਇਆਂ ਭਾਰਤ ਦੇ ਵਿੱਚ ਪਹੁੰਚੇ ਸੀ ਔਰ ਭਾਰਤ ਦੇ ਵਿੱਚ ਆਉਣ ਦਾ ਇਹਨਾਂ ਦਾ ਇੱਕੋ ਇੱਕ ਮਕਸਦ ਸੀ ਕਿਉਂਕਿ ਇਹਨਾਂ ਦੀਆਂ ਰਿਸ਼ਤੇਦਾਰੀਆਂ ਇਹਨਾਂ ਦੇ ਹੋਰ ਜਿਹੜੇ ਪਰਿਵਾਰਕ ਜਾਂ ਕਾਰੋਬਾਰ ਦੇ ਨਾਲ ਸੰਬੰਧਿਤ ਜਿਹੜੇ ਰਿਸ਼ਤੇ ਸੀ ਉਹ ਭਾਰਤ ਦੇ ਵਕ ਵਕ ਸ਼ਹਿਰਾਂ ਦੇ ਨਾਲ ਵਕ ਵਕ ਸੂਬਿਆਂ ਦੇ ਨਾਲ ਜੁੜੇ ਹੋਏ ਸੀ ਪਰ ਜਦੋਂ ਗੱਲ ਆਉਂਦੀ ਸੀ ਨਾਗਰਿਕਤਾ ਦੀ ਤਾਂ ਉਦੋਂ ਇਹ ਭਾਰਤ ਦੇ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਬੇਗਾਨਾ ਮਹਿਸੂਸ ਕਰਦੇ ਸੀ ਤਾਂ ਜਿਸ ਨੂੰ ਲੈ ਕੇ ਲੰਬੀ ਇੱਕ ਲੜਾਈ ਵੀ ਇਹਨਾਂ ਲੋਕਾਂ ਵੱਲੋਂ ਲੜੀ ਗਈ ਪਰ ਹੁਣ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਇੱਕ ਵੱਡਾ ਤੋਪਾ ਦਿੱਤਾ ਜਿਸ ਦੇ ذریعے ਹੁਣ ਬਹੁਤ ਜਲਦ ਇਹ ਭਾਰਤ ਦੇ ਨਾਗਰਿਕ ਬਣਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਅਨਿਸ਼ ਕੁਮਾਰ ਦੇ ਨਾਲ राजीव ਸ਼ਰਮਾ ਨਿਊਜ਼ ਦੀ ਟੀਮ ਅੰਮ੍ਰਿਤਸਰ